ਸਭ ਤੋਂ ਵੱਡੀ ਗੱਲ ਹੈਗੀ ਇਹ ਤੇ ਸੋਸਾਇਟੀ ਦੇ ਵਿੱਚ ਜਦੋਂ ਬੱਚਿਆਂ ਨੂੰ ਇੱਕ ਦੂਸਰਾ ਬੱਚਾ ਕੋਈ ਕਹਿੰਦਾ ਵੀ ਲੈ ਮਾੜੀ ਜਿਹੀ ਚੀਜ਼ ਕੋਈ ਚੱਕ ਕੇ ਦੇਖ ਲੈ ਮੈਂ ਅਕਸਰ ਕਹਿੰਦਾ ਮੈਂ ਵੀ ਜਿਹੜੀ ਪਹਿਲੀ ਹਾਂ ਹੈ ਉਹ ਸਾਨੂੰ ਨਸ਼ਿਆਂ ਦੇ ਦੁਆਰ ਵੱਲ ਧੱਕਣ ਲਈ ਬਹੁਤ ਵੱਡਾ ਰੋਲ ਅਦਾ ਕਰਦੀ ਹੈ ਪਿਤਾ ਨੇ ਬੇਟੀ ਦੇ ਨਾਲ ਰੇਪ ਕਰਤਾ ਜਾਂ ਭਰਾ ਨੇ ਭੈਣ ਦੇ ਨਾਲ ਕਰਤਾ ਤਾਂ ਬੇਬੀ ਕਨਸੀਵ ਨਹੀਂ ਹੋ ਰਿਆ ਵੀ ਆਪਕਾ ਕਹਿ ਦਿੰਨੇ ਵੀ ਪਿਓ ਨਸ਼ੇੜੀ ਆ ਜਾਂ ਸ਼ਾਇਦ ਮਾਂ ਦੇ ਵਿੱਚ ਕੋਈ ਕਮੀ ਹੋਊਗੀ ਵੀ ਜਿਹੜਾ ਬੇਬੀ ਕਨਸੀਵ ਨਹੀਂ ਹੋ ਰਿਹਾ। ਪੀੜ੍ਹੀ ਦੇ ਜਿਹੜੇ ਟੈਸਟ ਨੇ ਉਹ ਜੇ ਠੀਕ ਵੀ ਹੋਣ ਤਾਂ ਬੰਦੇ ਦੇ ਟੈਸਟਾਂ ਦੀ ਵਾਰੀ ਆਂਦੀ ਹੈ ਤਾਂ ਅਸੀਂ ਕਿਤੇ ਨਾ ਕਿਤੇ ਸ਼ਰਮ ਮਹਿਸੂਸ ਕਰਦੇ ਆਂ। ਔਰ ਪਰ ਅੱਜ ਦੀ ਨੌਜਵਾਨ ਪੀੜ੍ਹੀ ਦੇ ਬਹੁਤੇ ਜਿਹੇ ਟੈਸਟ ਕਰਾਏ ਜਾਣ ਤਾਂ ਜਿਆਦਾ ਬੱਚੇ ਨਮਰਦ ਨਿਕਲ ਰਹੇ ਨੇ। ਸੈਕਸ ਕਰਨ ਚੁਗਾ ਵੀ ਨਹੀਂ ਛੱਡਦਾ। ਸਾਡੇ ਨੌਜਵਾਨ ਬੱਚੇ ਜਿਹੜੇ ਮੇਰੇ ਕੋਲ ਆਉਂਦੇ ਨੇ ਵੀ ਤਿੰਨ ਤਿੰਨ ਚਾਰ ਚਾਰ ਸਾਲਾਂ ਤੋਂ ਆਪਣੀ ਵਾਈਫ ਦੇ ਨਾਲ ਕਿਸੇ ਤਰ੍ਹਾਂ ਦਾ ਕੋਈ ਸੈਕਸੁਅਲ ਰਿਲੇਸ਼ਨ ਨਹੀਂ ਹੈ ਉਹਨਾਂ ਦਾ ਬਿਲਕੁਲ ਉਹਨੂੰ ਸਹੀ ਨਹੀਂ ਕਿਹਾ ਜਾ ਸਕਦਾ ਠੀਕ ਹੈ ਸਰਕਾਰਾਂ ਨੇ ਆਪਣੇ ਹਸਪਤਾਲਾਂ ਸ਼ੁਰੂ ਕਰ ਦਿੱਤੀ ਟੈਬਲਟ ਉਹ ਬਈ ਚਿੱਟਾ ਛੜਾਓ ਤੇ ਇਹ ਗੋਲੀ ਖਿਲਾਓ ਪਰ ਉਹਦੇ ਨਾਲੋਂ ਕਿਤੇ ਜ਼ਿਆਦਾ ਬੈਟਰ ਹੈ ਫੀਮ ਤੇ ਭੁੱਕੀ ਜੇ ਕੋਈ ਡੋਡਾ ਬੰਦੇ ओरिजिनल ਤੁਹਾਨੂੰ ਫੀਮ ਮਿਲਦੀ ਹੈ ਥੋੜੀ ਬਹੁਤ ਉੜੇ ਲਿਖੇ ਨੇ ਇੱਕ ਦੋ ਪੈਕ ਸ਼ਾਮ ਨੂੰ ਲੈਂਦੇ ਨੇ ਆਪਣੀ ਡਰਿੰਕ ਵਗੈਰਾ ਕਰਦੇ ਆ ਇੰਜੋਏ ਕੀਤਾ ਬਸ ਠੀਕ ਆ ਕੋਈ ਗੱਲ ਨਹੀਂ ਮਾੜੀ ਮੋਟੀ ਕਿਸੇ ਨੇ ਕੋਈ ਫੀਮ ਖਾਧੀ ਆ ਚਲੋ ਕੋਈ ਗੱਲ ਨਹੀਂ ਪਰ ਜਦੋਂ ਜੇ ਤੁਸੀਂ ਬਾਹਰ ਚੱਲੇ ਤਦ ਵੀ ਹੀ ਵਿਆਹ ਚੱਲੇ ਤਾਂ ਵੀ ਫੀਮ ਜੇ ਕੰਮ ਕਰਨਾ ਤਾਂ ਵੀ ਫੀਮ ਜੇ ਰਾਤ ਨੂੰ ਆਪਣੀ ਲੇਡੀਜ਼ ਕੋਲ ਜਾਣਾ ਹੈ ਮਿਸੇਜ਼ ਕੋਲ ਤਾਂ ਵੀ ਫੀਮ ਜੀਕੀਨ ਕਰੋਗੇ ਮੇਰੇ ਕੋਲ ਮੇਰੇ ਖਿਆਲ ਆ 70 80 ਰਸੀਦਾਂ ਪਈਆਂ ਨੇ ਵਿਦੇਸ਼ਾਂ ਦੀਆਂ ਜਿਦੇ ਚ ਜੁਕੇ ਕੈਨੇਡਾ ਆਸਟ੍ਰੇਲੀਆ ਵਗੈਰਾ ਨਿਊਜ਼ੀਲੈਂਡ ਵਗੈਰਾ ਤੇ ਅਮਰੀਕਾ ਵਗੈਰਾ ਬਹੁਤ ਲੋਕ ਹਾਂ ਅਸੀਂ ਸੈਂਮੈਟਿਕਨ ਕੋਰੀਅਰ ਕਰਦੇ ਹਾਂ ਤੇ ਲੋਕ ਬੜੇ ਖੁਸ਼ ਨੇ ਸਾਡੀ ਮੈਡੀਸਨ ਖਾ ਕੇ ਜੇ ਇਸ ਬਰੀਦ ਦੇ ਅੰਦਰ ਦਵਾਈ ਚਲੀ ਗਈ ਆ ਉਸ ਬੰਦੇ ਦੇ ਅੰਦਰ ਨਸ਼ਾ ਨਹੀਂ ਜਾਊਗਾ ਜਿਨੇ ਮਨ ਬਣਾ ਲਿਆ ਕਿ ਮੈਂ ਨਸ਼ਾ ਛੱਡਣਾ ਹੈ ਉਹਨੂੰ ਕੋਈ ਤੋੜ ਨਹੀਂ ਕੋਈ ਤਕਲੀਫ ਨਹੀਂ ਬਿਨਾ ਕਿਸੇ ਤੋੜ ਤੋਂ ਬਿਨਾ ਕਿਸੇ ਤਕਲੀਫ ਤੋਂ ਪਸਾਨੀ ਦੇ ਨਾਲ ਤੁਸੀਂ ਘਰ ਬੈਠ ਕੇ ਆਪਣਾ ਨਸ਼ਾ ਛੱਡ ਸਕਦੇ ਹੋ ਅੱਜ ਰਾਜਪੁਰੇ ਤੋਂ ਪੇਸ਼ੈਂਟ ਆ ਸੀ ਉਹ ਕਹਿੰਦੇ ਵੀ ਅਸੀਂ 5-6 ਜਗ੍ਹਾ ਤੋਂ ਮੈਡੀਸਨ ਖਾ ਚੁੱਕੇ ਹਾਂ ਭਰੋਸਾ ਕਿਵੇਂ ਕਰੀਏ ਤੇ ਮੈਂ ਕਿਹਾ ਭਾਈ ਹੁਣ ਵੀ ਭਰੋਸਾ ਤੇ ਤੁਹਾਨੂੰ ਕਰਨਾ ਹੀ ਪਏਗਾ 5 ਦਿਨ ਦੀ ਲੈ ਜਾਓ ਭਰੋਸਾ ਇਹ ਆ ਵੀ ਜੇ ਤੁਹਾਨੂੰ ਮੈਡੀਸਿਨ ਨਾ ਕੰਮ ਕਰੇ ਤੁਹਾਡੀ ਸਾਡੀ ਮੈਡੀਸਿਨ ਵਾਪਸ ਤੁਹਾਡੇ ਪੈਸੇ ਵਾਪਸ ਅੱਛਾ ਇਹ ਬਿਲਕੁਲ ਸ਼ੋਰਟੀ ਹੈ ਜੀ ਹਾਂ ਤੇ ਇਹ ਕਹਿੰਦਾ ਮੇਰੇ ਇੱਕ ਮਿੱਤਰ ਹੈ ਮੈਂ ਦੋ ਤਿੰਨ ਦਵਾਈ ਖਲਾਈ ਉਹਨੂੰ ਮੈਂ ਉਹ ਮੈਥੋਂ ਫੋਨ ਨੰਬਰ ਮੰਗਦਾ ਸੀ ਕਹਿੰਦਾ ਮੈਂ ਉਹਨੂੰ ਕਿਹਾ ਵੀ 500 ਡਾਲਰ ਲਵਾਂਗਾ ਫਿਰ ਉਹਦਾ ਨੰਬਰ ਮੈਂ ਤੁਹਾਨੂੰ ਦਊਗਾ ਮਤਲਬ ਮੇਰੇ ਨੰਬਰ ਦੇਣ ਦਾ ਵੀ ਬੰਦਾ 500 ਡਾਲਰ ਲੈ ਰਿਹਾ ਤੇ ਉਹਨੇ 500 ਡਾਲਰ ਦੀ ਮੇਰੇ ਕੋਲ ਦਵਾਈ ਮੰਗਵਾਈ ਆ ਸਸ਼ੀਕਾਲ ਤੁਸੀਂ ਦੇਖ ਰਹੇ ਹੋ ਬੋਲੀ ਹੌਲੀ ਬਾਬਾ ਮੈਂ ਹਿਮਨਪ੍ਰੀਤ कौर ਸਵਾਗਤ ਕਰਦੀ ਹਾਂ ਤੇ ਉਮੀਦ ਕਰਦੀ ਹਾਂ ਠੀਕ ਠਾਕ ਹੋਵਗੇ ਜੇਕਰ ਮੈਂ ਗੱਲ ਕਰਾਂ ਪੰਜਾਬ ਦੀਆਂ ਨੌਜਵਾਨਾਂ ਦੀ ਅਕਸਰ ਕੇ ਅਜਿਹੇ ਨੌਜਵਾਨ ਕੁੜੀਆਂ ਲਾਲੋ ਚਾਹੇ ਮੁੰਡੇ ਲਾਲੋ ਜਿਹੜੀ ਹੈ ਨਸ਼ੇ ਦੀ ਗੇੜ ਦੇ ਵਿੱਚ ਆ ਰਹੇ ਨੇ ਜੇ ਗੱਲ ਕਰ ਲਈ ਤਾਂ ਇਹ ਹੁੰਦਾ ਵੀ ਅਸੀਂ ਚੌਰ ਚੌਰ ਦੇ ਵਿੱਚ ਜਿਹੜੀ ਹੈ ਨਸ਼ੇ ਦੀ ਸ਼ੁਰੂਆਤ ਕੀਤੀ ਹੈ ਪਰ ਉਹ ਨਸ਼ਾ ਕਿੱਥੇ ਕਿਹੜੀ ਫੈਮਿਲੀ ਨੂੰ ਹਿੱਟ ਕਰ ਸਕਦੇ ਆ ਕਹਿ ਦੇਵਾਂਗੇ ਵੀ ਅਜਿਹੀਆਂ ਚੀਜ਼ਾਂ ਨੇ ਜਿਹੜੀਆਂ ਆਪਾਂ ਸੋਚ ਵੀ ਨਹੀਂ ਸਕਦੇ ਚੌੜ-ਚੌੜ ਦੇ ਵਿੱਚ ਉਹ ਚੀਜ਼ਾਂ ਨੇ ਜਿਹੜੀਆਂ ਨੇ ਗਲਤ ਲੈ ਬੜਦੀਆਂ ਨੇ ਜਿਵੇਂ ਗੱਲ ਕਰਾਂ ਸਾਡੇ ਨਾਲ ਅਜਿਹੀ ਸ਼ਖਸੀਅਤ ਹੋਣਗੇ ਜਿਹੜੇ ਕਿ ਨਾਲ-ਨਾਲ ਸਮਾਜ ਸੇਵਕ ਨੇ ਤੇ ਨਾਲ-ਨਾਲ ਆਪਾਂ ਕਹਿ ਦੇਣਾ ਨੇ ਵੀ ਨਸ਼ਾ ਜਿਹੜਾ ਹੈ ਸਭ ਤੋਂ ਵੱਡਾ ਹੈ ਸ਼ਾਇਦ ਮਾਂ ਵੀ ਨਹੀਂ ਉਹ ਚੀਜ਼ ਛਡਵਾ ਸਕਦੀ ਤਾਂ ਨਸ਼ੇ ਨੂੰ ਜਿਹੜੇ ਲੋਕ ਲੱਗੇ ਹੋਏ ਨੇ ਆਯੂਵੇਦਿਕ ਦਵਾਈ ਦੇ ਨਾਲ ਉਹਨਾਂ ਦਾ ਜਿਹੜਾ ਹੈ ਖਾਤਮਾ ਕਰ ਰਹੇ ਨੇ ਸਾਡੇ ਨਾਲ ਡਾਕਟਰ ਸ਼ਾਮ ਸਿੰਘ ਕੁੰਦਲਸ ਹੋਣਗੇ ਉਹਨਾਂ ਦਾ ਪਹਿਲਾਂ ਸਵਾਗਤ ਕਰਦੇ ਹਾਂ ਸਤਿ ਸ਼੍ਰੀ ਅਕਾਲ ਸਰ ਠੀਕ ਠਾਕ ਹਾਂ ਸਤਿ ਸ਼੍ਰੀ ਅਕਾਲ ਜੀ ਬਿਲਕੁਲ ਠੀਕ ਠਾਕ ਕਿਰਪਾ ਸ਼ੁਕਰ ਹੈ ਜੀ ਤੁਸੀਂ ਸੁਣਾਓ ਬਹੁਤ ਵਧੀਆ ਅੱਛਾ ਸਰ ਮੈਂ ਗੱਲ ਕੀਤੀ ਸੀ ਵੀ ਨਸ਼ੇ ਦੀ ਅੱਜ ਹਰ ਇੱਕ ਘਰ ਦੇ ਵਿੱਚ ਕੋਈ ਨਾ ਕੋਈ ਅਜਿਹਰ ਨੌਜਵਾਨ ਲਾਲੋ ਜਾਂ ਬਜ਼ੁਰਗ ਲਾਲੋ ਜਿਹੜਾ ਹੈ ਨਸ਼ੇ ਦੇ ਹੇਠ ਜਿਹੜਾ ਦੱਬਿਆ ਹੋਇਆ ਆ ਕੀ ਕਾਰਨ ਮੰਨਦੇ ਹੋ ਵੀ ਜਿਹੜਾ ਨਸ਼ੇ ਦਾ ਇੰਨਾ ਵਧ ਰਿਹਾ ਆ ਬੱਸ ਮੈਨੂੰ ਤੁਹਾਨੂੰ ਪਤਾ ਹੀ ਅੱਜ ਕੱਲ੍ਹ ਸਮਾਜ ਦੀਆਂ ਬਦਲਦੀਆਂ ਪਰਸਥਿਤੀਆਂ ਜੀ ਉਥਲ ਪੁਥਲ ਸਮਾਜ ਦੀ ਜੀ ਤੇ ਕੁਝ ਸ਼ੌਂਕ ਲੋਕਾਂ ਦੇ ਤੇ ਸੋਸਾਇਟੀ ਹਮ ਗਲਤ ਸੰਗਤ ਇਹ ਚੀਜ਼ਾਂ ਸਾਨੂੰ ਸਾਡੀ ਪੀੜ੍ਹੀ ਨੂੰ ਨੌਜਵਾਨ ਪੀੜ੍ਹੀ ਨੂੰ ਨਸ਼ੇ ਵੱਲ ੱੱਕ ਰਹੀਆਂ ਐ ਔਰ ਸਭ ਤੋਂ ਵੱਡੀ ਗੱਲ ਹੈਗੀ ਇਹ ਤੇ ਸੋਸਾਇਟੀ ਦੇ ਵਿੱਚ ਜਦੋਂ ਬੱਚਿਆਂ ਨੂੰ ਇੱਕ ਦੂਸਰਾ ਬੱਚਾ ਕੋਈ ਕਹਿੰਦਾ ਵੀ ਲੈ ਮਾੜੀ ਜਿਹੀ ਚੀਜ਼ ਕੋਈ ਚੱਕ ਕੇ ਦੇਖ ਲੈ ਮੈਂ ਅਕਸਰ ਕਹਿੰਦਾ ਮੈਂ ਵੀ ਜਿਹੜੀ ਪਹਿਲੀ ਹਾਂ ਐ ਉਹ ਸਾਨੂੰ ਨਸ਼ਿਆਂ ਦੇ ਦੁਆਰ ਵੱਲ ੱੱਕਣ ਲਈ ਬਹੁਤ ਵੱਡਾ ਰੋਲ ਅਦਾ ਕਰਦੀ ਐ ਬਿਲਕੁਲ ਅਰ ਜਿਉ ਹਾਂ ਨਾਂਚ ਬਦਲ ਜਾਏ ਤਾਂ ਆਪਾਂ ਨਸ਼ੇ ਤੋਂ ਜਿੱਥੇ ਆਪ بچ ਸਕਦੇ ਆ ਉਥੇ ਆਪਣੇ ਆਲੇ ਦੋਲੇ ਨੂੰ ਵੀ ਬਚਾ ਸਕਦੇ ਆ ਅੱਛਾ ਸਰ ਇਹ ਗੱਲ ਨਹੀਂ ਮੰਨਦੇ ਵੀ ਅੱਜ ਕੱਲ ਜਿਵੇਂ ਸੋਸ਼ਲ ਮੀਡੀਆ ਦਾ ਜ਼ਮਾਨਾ ਆ ਨੌਜਵਾਨ ਮੁੰਡੇ ਲਾ ਲੋ ਕੁੜੀਆਂ ਲਾ ਲੋ ਕੁਝ ਵੀ ਲਾ ਲੋ ਵੀ ਇੱਕ ਕਹਦਾਂਗੇ ਵੀ ਉਸ ਚੀਜ਼ ਨੂੰ ਵੱਧ ਆਪਣਾ ਪ੍ਰੋਫਾਈਲ ਸਟੇਟਸ ਨਹੀਂ ਸਮਝਣ ਲੱਗ ਗਏ ਵੀ ਜੇ ਅਸੀਂ ਇਹ ਚੀਜ਼ ਕਰ ਰਹੇ ਆ ਤਾਂ ਸਾਡਾ ਇੱਕ ਜਿਹੜਾ ਪ੍ਰੋਫਾਈਲ ਹੈ ਜਾਂ ਅਸੀਂ ਇੱਕ ਚੰਗੇ ਘਰ ਤੋਂ ਬਿਲੋਂਗ ਕਰਦੇ ਆ ਤਾਂ ਕਰਕੇ ਇਹ ਚੀਜ਼ਾਂ ਕਰ ਰਹੇ ਆ ਬਿਲਕੁਲ ਚੌੜ ਚੌੜ ਦੇ ਵਿੱਚ ਆਪਣਾ ਝੁੱਗਾ ਚੌੜ ਵੀ ਬਹੁਤ ਲੋਕ ਕਰ ਰਹੇ ਆ ਬਿਲਕੁਲ ਤੇ ਅਸੀਂ ਜਿਹੜੀ ਆਪਣਾ ਹਾਈ ਸਟੇਟਸ ਦਿਖਾਉਣਾ ਤੇ ਨਸ਼ੇ ਮਤਲਬ ਕੋਈ ਸ਼ੌਕ ਰੂ ਮਤਲਬ ਕਿਸੇ ਨੇ ਫੀਮ ਖਾਦੀ ਆ ਕਿਸੇ ਨੇ ਕੁਛ ਭੁੱਕੀ ਖਾਦੀ ਆ ਤੇ ਉਹ ਜਿਹੜਾ ਸ਼ੌਕ ਹੈ ਬਾਅਦ ਦੇ ਵਿੱਚ ਫਿਰ ਉਹ ਰੋਗ ਬਣ ਜਾਂਦਾ ਅੱਛਾ ਸਰ ਨਸ਼ੇ ਦੀ ਜੇ ਮੈਂ ਗੱਲ ਕਰਾਂ ਤਾਂ ਅਨੇਕ ਨਸ਼ੇ ਨੇ ਮੈਡੀਕਲ ਨਸ਼ੇ ਲਾ ਲੋ ਚਾਹੇ ਜਿਹੜੇ ਨੇ ਸ਼ਰਾਬ ਲਾ ਲੋ ਜਾਂ ਕੁਝ ਵੀ ਲਾ ਲੋ ਇਹ ਸਾਰੇ ਨਸ਼ਿਆਂ ਦੇ ਵਿੱਚ ਆਉਂਦੇ ਨੇ ਫਿਰ ਇਹ ਨਸ਼ੇ ਬੰਦੇ ਨੂੰ ਕੀ ਕੀ ਚੀਜ਼ਾਂ ਤੇ ਜਿਹੜਾ ਨੇ ਮਤਲਬ ਖਾਤਮਾ ਕਰਦੇ ਨੇ ਕਿਹੜੀ ਕਿਹੜੀ ਚੀਜ਼ ਦਾ ਖਾਤਮਾ ਹੁੰਦਾ ਹੈ ਨਸ਼ਾ ਤਾਂ ਮੈਂ ਸਾਰੀ ਜਿੰਦਾ ਨਾਸਮਾਰਦਾ ਸਾਨੂੰ ਸਰੀਰਕ ਤੌਰ ਤੇ ਵੀ ਸਾਡਾ ਨਾਸਮਾਰ ਦਿੰਦਾ ਤੇ ਆਰਥਿਕ ਤੌਰ ਤੇ ਵੀ ਸਤਿਆਨਾਸ਼ ਕਰ ਦਿੰਦਾ ਸਮਾਜਿਕ ਤੌਰ ਤੇ ਵੀ ਅਸੀਂ ਮੂੰਹ ਦਖਾਣ ਚੋ ਗਨੀ ਰਹਿੰਦੇ ਕਈ ਵਾਰੀ ਔਰ ਅੱਜ ਨਸ਼ੇ ਕਾਰਨ ਕਈ ਵਾਰੀ ਸਾਡੇ ਜਿੱਥੇ ਰਿਸ਼ਤੇ ਟੁੱਟ ਰਹੇ ਆ ਉੱਥੇ ਨਾਲ ਦੀ ਨਾਲੇ ਵੀ ਖਬਰਾਂ ਤੁਹਾਡੇ ਸੋਸ਼ਲ ਮੀਡੀਆ ਰਾਹੀਂ ਪਤਾ ਲੱਗਦੀਆਂ ਕਿ ਨਸ਼ੇ ਦੇ ਵਿੱਚ ਪੁੱਤਰ ਨੇ ਆਪਣੀ ਮਾਂ ਦਾ ਕਤਲ ਕਰਤਾ ਜਾਂ ਥੋੜੇ ਜੇ ਪੈਸੇਆਂ ਪਿੱਛੇ ਆਪਣੇ ਪਿਓ ਦਾ ਕਤਲ ਕਰ ਦਿੱਤਾ ਇਹ ਕਤਲੋਗਾਰਤ ਦੇ ਪਿੱਛੇ ਵੀ ਨਸ਼ਿਆਂ ਦਾ ਬਹੁਤ ਵੱਡਾ ਹੱਥ ਕੁਝ ਨਸ਼ੇ ਆਪਾਂ ਜੇ ਕਹੀਏ ਸਰ ਨਸ਼ੇ ਦੇ ਦਿਮਾਗ ਦੇ ਇਹਨਾਂ ਨਸ਼ਾ ਸਵਾਰ ਹੁੰਦਾ ਵੀ ਕਈ ਵਾਰ ਕੁਝ ਸਬੰਧ ਨੇ ਜਿਹੜੇ ਆਪਣੇ ਘਰਦਿਆਂ ਦੇ ਨਾਲ ਲੋਕ ਜਾਂ ਜੇ ਆਪਾਂ ਕਹ ਲਈਏ ਰੇਪ ਰੇਪ ਹੋ ਰਹੇ ਨੇ ਤਾਂ ਕੁਝ ਬੱਚੋ ਜਈਏ ਪਤਾ ਲੱਗਦਾ ਵੀ ਪਿਤਾ ਨੇ ਬੇਟੀ ਦੇ ਨਾਲ ਰੇਪ ਕਰਤਾ ਜਾਂ ਭਰਾ ਨੇ ਭੈਣ ਦੇ ਨਾਲ ਕਰਤਾ ਤਾਂ ਨਸ਼ਾ ਇੰਨੀਆਂ ਚੀਜ਼ਾਂ ਦਾ ਜਿਹੜਾ ਆ ਰਿਸ਼ਤੇ ਜਿਵੇਂ ਕਹੂੰਗੀ ਸਮਾਜਿਕ ਤੌਰ ਤੇ ਖਤਮ ਹੋ ਰਹੇ ਨੇ ਬਿਲਕੁਲ ਜਦੋਂ ਬੰਦੇ ਨੂੰ ਸ਼ੁੱਧ ਬੁੱਤਨੀ ਰਹਿਣੀ ਜਾਂ ਆਪਣੇ ਪਰਾਇਦੀ ਪਹਿਚਾਣ ਨਹੀਂ ਰਹੀ ਫਿਰ ਕਈ ਵਾਰੀ ਇਸ ਤਰ੍ਹਾਂ ਦੇ ਦੁੱਖਾਂ ਦੁਖਾਤਾਂ ਘਟਨਾਵਾਂ ਜਿਹੜੀਆਂ ਉਹ ਸਮਾਜ ਵਾਪਰਦੀਆਂ ਨੇ ਸਭ ਤੋਂ ਵੱਡੀ ਚੀਜ਼ ਸਰ ਜਿਵੇਂ ਦੇਖਾਂ ਤਾਂ ਅੱਜ ਕੱਲ ਆਪਾਂ ਦੇਖਦੇ ਆ ਵੀ ਨਸ਼ੇ ਦੇ ਕਾਰਨ ਕਰ ਜਿਹੜੇ ਟੁੱਟਰੇ ਨੇ ਤੁਸੀਂ ਦੱਸਿਆ ਸਭ ਤੋਂ ਵੱਡੀ ਪ੍ਰੋਬਲਮ ਆਉਂਦੀ ਹੈ ਵੀ ਬੇਬੀ ਕਨਸੀਵ ਨਹੀਂ ਹੋ ਰਿਹਾ ਵੀ ਆਪਾਂ ਕਹਿ ਦਿੰਦੇ ਆ ਵੀ ਪਿਓ ਨਸ਼ੇੜੀ ਆ ਜਾਂ ਸ਼ਾਇਦ ਮਾਂ ਦੇ ਵਿੱਚ ਕੋਈ ਕਮੀ ਹੋਊਗੀ ਵੀ ਜਿਹੜਾ ਹੈ ਬੇਬੀ ਕਨਸੀਵ ਨਹੀਂ ਹੋ ਰਿਹਾ ਨਸ਼ੇ ਨੂੰ ਮੁੱਖ ਕਾਰਨ ਮੰਨਦੇ ਹੋ ਵੀ ਬੇਬੀ ਕਨਸੀਵ ਨਾ ਹੋਣ ਦਾ ਬਿਲਕੁਲ ਮੈਮ ਜਿਹੜੇ ਅੱਜ ਸੰਤੈਠਕ ਨਸ਼ੇ ਦਾ ਜਿਹੜੀ ਸਾਡੀ ਨੌਜਵਾਨ ਪੀੜ੍ਹੀ ਸ਼িকার ਹੋ ਰਹੀ ਆ ਜੀ ਜਿਹਨੂੰ ਆਪਾਂ ਸਮੈਕ ਕਹਿ ਦਿੰਨੇ ਆ ਚਿੱਟਾ ਕਹਿ ਦਿੰਨੇ ਆ ਜਾਂ ਐਡ ਨੋਕ ਟੈਬਲੇਟ ਕਹਿ ਦਿੰਨੇ ਆ ਜਾਂ ਬਹੁਤ ਜ਼ਿਆਦਾ ਡਰਿੰਕ ਕਰਨੀ ਕੋਈ ਵੀ ਨਸ਼ਾ ਜ਼ਿਆਦਾ ਕਰਨਾ ਇਹ ਕਨਸੀਵ ਤੇ ਕਨਸੀਵ ਬੰਦੇ ਨੂੰ ਸੈਕਸ ਕਰਨ ਜੁੱਗਾ ਵੀ ਨਹੀਂ ਛੱਡਦਾ ਸਾਡੇ ਨੌਜਵਾਨ ਬੱਚੇ ਜਿਹੜੇ ਮੇਰੇ ਕੋਲ ਆਂਦੇ ਨੇ ਵੀ ਤਿੰਨ ਤਿੰਨ ਚਾਰ ਚਾਰ ਸਾਲਾਂ ਤੋਂ ਆਪਣੀ ਵਾਈਫ ਦੇ ਨਾਲ ਕਿਸੇ ਤਰ੍ਹਾਂ ਦਾ ਕੋਈ ਸੈਕਸ਼ੂਅਲ ਰਿਲੇਸ਼ਨ ਨਹੀਂ ਹੈ ਉਹਨਾਂ ਦਾ ਉਹਦੇ ਪਿੱਛੇ ਕਾਰਨ ਨਸ਼ਾ ਹੀ ਹੈ ਤੇ ਨਸ਼ੇ ਕਰਕੇ ਉਹਨਾਂ ਨੇ ਆਪਣੇ ਸਰੀਰ ਦਾ ਨਾਸ ਮਾਰ ਲਿਆ ਤੇ ਫਿਰ ਕਨਸੀਵ ਕਿੱਥੋਂ ਹੋਣਾ ਜੇ ਬੰਦਾ ਸੈਕਸ ਕਰਨ ਤੋਂ ਕੋਈ ਨਹੀਂ ਹੈ ਤੇ ਫਿਰ ਕਨਸੀਵ ਕਿਵੇਂ ਕਰ ਸਕਦਾ ਹੋ ਸਕਦਾ ਕਿਉਂਕਿ ਜਦੋਂ ਅਸੀਂ ਕੋਈ ਵੀ ਬੰਦਾ ਡਰੱਗਸ ਲੈਂਦਾ ਹੈ ਜਿਆਦਾ ਡਰੱਗਸ ਲੈਂਦਾ ਹੈ ਤਾਂ ਜਿਹੜੀ ਸਪਰਮ ਕਾਉਂਟਿੰਗ ਆ ਉਹਦੀ ਬਹੁਤ ਜ਼ਿਆਦਾ ਕੁਆਲਿਟੀ ਵੀ ਲੋ ਹੁੰਦੀ ਹੈ ਔਰ ਉਹਦੀ ਜਿਹੜੀ ਕੁਆਂਟੀਟੀ ਹੈ ਉਹ ਬਹੁਤ ਜ਼ਿਆਦਾ ਵੀਕ ਹੁੰਦੀ ਹੈ ਔਰ ਘਟ ਵੀ ਬਹੁਤ ਜਾਂਦੀ ਹੈ ਫਿਰ ਨੈਚੁਰਲ ਜੀ ਗੱਲ ਹੈ ਇਹਦਾ ਜਿਹੜਾ ਮੜੇ ਭਾਵੇਂ ਔਰਤ ਦੇ ਸਿਰ ਜਾਂਦਾ ਹੈ ਪਰ ਇਹਦਾ ਜ਼ਿੰਮੇਵਾਰ ਮਰਦ ਹੀ ਹੈ ਕਿਉਂਕਿ ਸਰਕੇ ਕਈ ਘਰ ਅੱਜ ਟੁੱਟ ਰਹੇ ਨੇ ਤਾਂ ਜਿਵੇਂ ਹੁੰਦਾ ਹੈ ਵੀ ਘਰ ਦੇ ਹਮੇਸ਼ਾ ਔਰਤ ਨੂੰ ਜ਼ਿੰਮੇਵਾਰ ਠਹਿਰਾਉਂਦੇ ਨੇ ਪਰ ਕਦੇ ਆਪਣੇ ਬੇਟੇ ਆਪਾਂ ਜਾਂ ਕਹ ਲਈਏ ਜਦ 스ਪਰਮ ਕਾਊਂਟ ਦੇ ਟੈਸਟ ਦੀ ਗੱਲ ਆਉਂਦੀ ਹੈ ਤਾਂ ਕਿਤੇ ਨਾ ਕਿਤੇ ਘਰ ਦੇ ਵਿੱਚ ਲੜਾਈ ਜਿਹੜੀ ਵੱਧ ਜਾਂਦੀ ਆ ਅ ਨਸ਼ੇ ਸਰ ਚਾਹੇ ਮੈਡੀਕਲ ਨਸ਼ੇ ਲਾ ਲੋ ਆਪਾਂ ਕਹਿ ਦਿੰਦੇ ਆ ਵੀ ਦੂਜੇ ਨਸ਼ਿਆਂ ਨਾਲੋਂ ਮੈਡੀਕਲ ਨਸ਼ੇ ਕੋਈ ਕਹਿ ਦਿੰਦਾ ਵੀ ਠੀਕ ਨੇ ਚੱਲ ਕੋਈ ਨਹੀਂ ਮੈਡੀਕਲ ਨਸ਼ੇ ਕਰਦਾ ਮੇਰਾ ਮੁੰਡਾ ਫੇਰ ਕੀ ਹੋ ਗਿਆ ਤਾਂ ਉਹ ਚੀਜ਼ ਵੀ ਇੱਕ ਖਤਰਨਾਕ ਹੀ ਹੋਈ ਦੇਖੋ ਜੀ ਨਸ਼ਾ ਤੇ ਕੋਈ ਵੀ ਹੁਣ ਬਾਬਾ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਬਾਬਾ ਹੋਰ ਖਾਣਾ ਖੁਸ਼ੀ ਖੁਵਾਰ ਜਿਤ ਖਾਦਾ ਤਨ ਪੀੜੀ ਐ ਮਨ ਮੈਂ ਚੱਲੇ ਵਿਕਾਰ ਤੇ ਕੋਈ ਵੀ ਨਸ਼ਾ ਕਰ ਲਈ ਸਾਡੇ ਮਨ ਚ ਵਿਕਾਰ ਵਧਾਉਂਦਾ ਜਿੱਥੇ ਵਿਕਾਰ ਵਧਦੇ ਨੇ ਉੱਥੇ ਫਿਰ ਆਟੋਮੈਟਿਕਲੀ ਰੋਗ ਵਧਦੇ ਨੇ ਜਿੱਥੇ ਰੋਗ ਵਧਦੇ ਆ ਉੱਥੇ ਸੋਗ ਵਧਦੇ ਆ ਫਿਰ ਜਿੱਥੇ ਕਨਸੀਵ ਕਰਨ ਦੀ ਵਾਰੀ ਤੁਸੀਂ ਗੱਲ ਕੀਤੀ ਆ ਵੀ ਲੇਡੀਜ਼ ਦੇ ਨਾਲ ਇਹ ਕੀਤਾ ਜਾਂਦਾ ਵੀ ਬੱਚਾ ਨਹੀਂ ਹੁੰਦਾ ਤੇ ਉਹ ਸਾਡੇ ਸਮਾਜ ਦੀ ਧਾਰਨਾ ਪਹਿਲਾਂ ਤੋਂ ਹੀ ਗਲਤ ਬਣੀ ਹੋਈ ਆ ਔਰ ਹਾਲਾਂਕਿ ਲੇਡੀ ਦੇ ਜਿਹੜੇ ਟੈਸਟ ਨੇ ਉਹ ਜੇ ਠੀਕ ਵੀ ਹੋਣ ਤਾਂ ਬੰਦੇ ਦੇ ਟੈਸਟਾਂ ਦੀ ਵਾਰੀ ਆਂਦੀ ਹੈ ਤਾਂ ਅਸੀਂ ਕਿਤੇ ਨਾ ਕਿਤੇ ਸ਼ਰਮ ਮਹਿਸੂਸ ਕਰਦੇ ਹਾਂ ਔਰ ਪਰ ਅੱਜ ਦੀ ਨੌਜਵਾਨ ਪੀੜ੍ਹੀ ਦੇ ਬਹੁਤੇ ਜਿਹੇ ਟੈਸਟ ਕਰਾਏ ਜਾਣ ਤਾਂ ਜਾਦਾ ਬੱਚੇ ਨਰਦ ਨਿਕਲ ਰਹੇ ਨੇ ਉਹਦਾ ਕਾਰਨ ਨਸ਼ੀ ਨੇ ਸੰਤੈਟਿਕ ਨਸ਼ੇ ਬਹੁਤ ਜ਼ਿਆਦਾ ਸਾਡੀ ਨੌਜਵਾਨ ਪੀੜ੍ਹੀ ਦਾ ਨਾਸਮਾਰ ਰਹੇ ਨੇ ਅੱਛਾ ਸਰ ਆਪਾਂ ਕਹਿ ਦਿੰਨੇ ਆ ਵੀ ਕਿ ਜੀਭ ਥੱਲੇ ਗੋਲੀ ਰੱਖਣ ਦਾ ਲੋਕ ਕਾਫੀ ਜ਼ਿਕਰ ਕਰਦੇ ਨੇ ਵੀ ਉਹ ਜਿਹੜੀ ਗੋਲੀ ਉਹ ਨਸ਼ਾ ਛਡਵਾ ਦਿੰਦੀ ਆ ਉਹ ਕਿਸ ਹੱਦ ਤੱਕ ਸਹੀ ਹੈ ਵੀ ਜਿਹੜੀ ਜੀਬ ਤੇ ਥੱਲੇ ਰੱਖ ਕੇ ਆਪਾਂ ਗੋਲੀ ਨਸ਼ਾ ਛੱਡਣ ਦਾ ਕੋਸ਼ਿਸ਼ ਕਰਦੇ ਆਂ ਜਾਂ ਆਪਾਂ ਦੇਖਦੇ ਆਂ ਵੀ ਹਸਪਤਾਲਾਂ ਦੇ ਅੱਗੇ ਲਾਈਨਾਂ ਲੱਗੀਆਂ ਹੁੰਦੀਆਂ ਨੇ ਉਹ ਗੋਲੀ ਲੈਣ ਦੇ ਲਈ ਕਿੰਨੇ ਖੱਦ ਤੱਕ ਉਹ ਗੋਲੀ ਸਹੀ ਹੈ ਬਿਲਕੁਲ ਉਹਨੂੰ ਸਹੀ ਨਹੀਂ ਕਿਹਾ ਜਾ ਸਕਦਾ ਠੀਕ ਹੈ ਸਰਕਾਰਾਂ ਨੇ ਆਪਣੇ ਹਸਪਤਾਲਾਂ ਸ਼ੁਰੂ ਕਰ ਦਿੱਤੀ ਟੈਬਲੇਟ ਉਹ ਬਈ ਚਿੱਟਾ ਛਡਾਓ ਤੇ ਇਹ ਗੋਲੀ ਖਿਲਾਓ ਪਰ ਉਹਦੇ ਨਾਲੋਂ ਕਿਤੇ ਜ਼ਿਆਦਾ ਵੈਟਰ ਹੈ ਫੀਮ ਤੇ ਭੁੱਕੀ ਜੇ ਕੋਈ ਡੋਡਾ ਬੰਦੇ ओरिजिनल ਤੁਹਾਨੂੰ ਫੀਮ ਮਿਲਦੀ ਹੈ ਥੋੜੀ ਬਹੁਤ ਕੋਈ ਨਹੀਂ ਬਚਦਾ ਤਾਂ ਫੀਮ ਡੋਡੇ ਮਾੜਾ ਮੋਟਾ ਬੰਦਾ ਲੈ ਕੇ ਬਣਾ ਡੰਗਸਾਰ ਲਈ ਤਾਂ ਵਧੀਆ ਪਰ ਐਡ ਨੌਕ ਬਹੁਤ ਖਤਰਨਾਕ ਹੈ। ਜੀ। ਇਤੋਂ ਬਚਣਾ ਚਾਹੀਦਾ ਜਿਹੜਾ ਬੰਦਾ 2-4 ਸਾਲੇ ਗੋਲੀ ਖਾ ਗਿਆ ਉਹ ਕਿਸੇ ਕੰਮ ਦਾ ਨਹੀਂ ਰਹਿੰਦਾ। ਨਾ ਘਰ ਜੁਗਾ ਨਾ ਬਾਹਰ ਜੁਗਾ। ਨਾ ਸਰੀਰ ਸੰਭਾਲਣ ਜੁਗਾ ਨਾ ਸਮਾਜ ਸੰਭਾਲਣ ਜੁਗਾ। ਉਹ ਬੰਦਾ ਖਤਮ ਹੈ ਅੱਜ ਵੀ ਖਤਮ ਹੈ ਕੱਲ ਵੀ ਖਤਮ ਹੈ। ਸਾਰੇ ਪਾਸੇ ਨੂੰ ਖਤਮ ਕਰ ਦਿੰਦੀ ਹੈ ਇਹ। ਕੋਈ ਵੀ ਚੀਜ਼ ਜਦ ਆਪਾਂ ਕਹਿ ਦਿੰਨੇ ਆ ਸਰ ਹੱਦ ਤੋਂ ਵੱਧ ਜ਼ਿਆਦਾ ਇਨਟੇਕ ਕਰ ਲਈਏ ਚਾਹੇ ਆਪਾਂ ਕਹੀ ਦੀ ਬਾਦਾਮ ਵੀ ਹੱਦ ਤੋਂ ਵੱਧ ਆਪਾਂ ਖਾ ਲਈਏ ਤਾਂ ਉਹ ਵੀ ਕਿਤੇ ਨਾ ਕਿਤੇ ਆਪਣੇ ਸਰੀਰ हानिकारक ਹੁੰਦੇ ਨੇ ਨੁਕਸਾਨ ਪਹੁੰਚਾਉਂਦੇ ਨੇ ਫਿਰ ਜੇ ਗੱਲ ਕਰ ਲਈਏ ਨਸ਼ੇ ਦੀ ਕਈ ਫੀਮ ਨੂੰ ਇੱਕ ਐਜਤ ਦਵਾਈ ਤੌਰ ਤੇ ਯੂਜ਼ ਕਰਦੇ ਨੇ ਪਰ ਕਿਤੇ ਨਾ ਕਿਤੇ ਉਹਨੂੰ ਇੱਕ ਨਸ਼ੇ ਦਾ ਸਾਧਨ ਬਣਾ ਲੈਂਦੇ ਨੇ ਵੀ ਸ਼ਾਇਦ ਸਾਡਾ ਵੀ ਸਰੀਰ ਟੁੱਟ ਰਿਹਾ ਜੇ ਅਸੀਂ ਫੀਮ ਨਾ ਖਾਈਏ ਦੇਖੋ ਜੇ ਤਾਂ ਹੁਣ ਤੁਸੀਂ ਕਿਸੇ ਲਿਮਟ ਦੇ ਵਿੱਚ ਇੱਕ ਦਵਾਈ ਵਾਂਗ ਹੁਣ दारू ਨੂੰ ਸ਼ਰਾਬ ਨੂੰ दारू ਦਾ ਮਤਲਬ ਹੁੰਦਾ ਦਵਾਈ ਜਿਹੜੇ ਬੰਦੇ ਪੜ੍ਹੇ ਲਿਖੇ ਨੇ ਇੱਕ ਦੋ ਪੈਗ ਸ਼ਾਮ ਨੂੰ ਲੈਂਦੇ ਨੇ ਆਪਣੀ ਡਰਿੰਕ ਵਗੈਰਾ ਕਰਦੇ ਆ ਇੰਜੋਏ ਕੀਤਾ ਬਸ ਠੀਕ ਹੈ ਕੋਈ ਗੱਲ ਨਹੀਂ ਮੜੀ ਮੁੱਟੀ ਕਿਸੇ ਨੇ ਕੋਈ ਫੀਮ ਖਾਧੀ ਆ ਚਲੋ ਕੋਈ ਗੱਲ ਨਹੀਂ ਪਰ ਜਦੋਂ ਜੇ ਤੁਸੀਂ ਬਾਹਰ ਚਲੇ ਤਦ ਵੀ ਫੀਮ ਵਿਆਹ ਚਲੇ ਤਾਂ ਵੀ ਫੀਮ ਜੇ ਕੰਮ ਕਰਨਾ ਤਾਂ ਵੀ ਫੀਮ ਜੇ ਰਾਤ ਨੂੰ ਆਪਣੀ ਲੇਡੀਜ਼ ਕੋਲ ਜਾਣਾ ਹੈ ਮਿਸੇਜ ਕੋਲ ਤਾਂ ਵੀ ਫੀਮ ਉਹ ਫਿਰ ਆਦੀ ਬੰਦਾ ਬਣ ਜਾਂਦਾ ਫਿਰ ਉਹ ਚੀਜ਼ਾਂ ਤਾਂ ਨੁਕਸਾਨ ਕਰਦੀਆਂ ਫਿਰ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਡਰੱਗਸ ਹੋਵੇ ਉਹ ਫਿਰ ਨੁਕਸਾਨਦਾਰ ਕੀ ਆ ਅੱਛਾ ਸਰ ਫਿਰ ਆਯੁਰਵੈਦਿਕ ਮੈਡੀਸਨ ਤੁਸੀਂ ਜਿਵੇਂ ਦਿੰਨੇ ਹੋ ਤਾਂ ਕਿੰਨੇ ਅਜਿਹੇ ਪੇਸ਼ੈਂਟ ਆ ਚੁੱਕੇ ਨੇ ਤੇ ਕਿਹੜੇ ਕਿਹੜੇ ਨਸ਼ੇ ਨੇ ਜਿਹੜੇ ਤੁਸੀਂ ਛਡਵਾ ਚੁੱਕੇ ਹੋ ਸਾਡੇ ਕੋਲ ਮੈਮ ਪੇਸ਼ੈਂਟ ਦਾ ਅਣਗਿਣਤੀ ਨੇ ਪਰ ਮੈਂ ਪਿਛਲੇ 3 ਕਿ ਮਹੀਨਿਆਂ ਤੋਂ ਰਿਕਾਰਡ ਰੱਖ ਰਹੇ ਹਾਂ 3 ਕਿ ਮਹੀਨੇ ਦੇ ਵਿੱਚ 600 ਪੇਸ਼ੈਂਟ ਘੱਟੋ ਘੱਟ ਆਇਆ ਹੋਊਗਾ ਜਿਹੜਾ ਬਿਲਕੁਲ ਹਾਂ ਜੀ ਅੱਛਾ ਜ਼ਿਆਦਾ ਮਾਤਰਾ ਕਿਹੜੇ ਨਸ਼ੇ ਦੀ ਸੀ ਸਰ ਜ਼ਿਆਦਾ ਸਾਡੇ ਕੋਲ ਸਮੈਕ ਵਾਲੇ ਤੇ ਚਿੱਟੇ ਵਾਲੇ ਸੀ ਕੁਝ ਪੰਨੀ ਲੈਣ ਵਾਲੇ ਕੁਝ ਇੰਜੈਕਟ ਕਰਨ ਵਾਲੇ ਓਕੇ ਐਡ ਨੌ ਖਾਣ ਵਾਲੇ ਵੀ ਕਾਫੀ ਨੇ ਸ਼ਰਾਬ ਪੀਣ ਵਾਲੇ ਵੀ ਨੇ ਹਰ ਤਰ੍ਹਾਂ ਦਾ ਨਸ਼ੇ ਦੇ ਲੋਕ ਡੋਡਿਆਂ ਵਾਲੇ ਬੜੇ ਨੇ ਜੀ ਔਰ ਯਕੀਨ ਕਰੋਗੇ ਉਹ ਮੇਰੇ ਕੋਲ ਮੇਰੇ ਖਿਆਲ ਆ 70 80 ਰਸੀਦਾਂ ਪਈਆਂ ਨੇ ਵਿਦੇਸ਼ਾਂ ਦੀਆਂ ਹਾਂ ਜਿੱਦੇ ਚ ਝੁੱਕ ਕੇ ਕੈਨੇਡਾ ਆਸਟ੍ਰੇਲੀਆ ਵਗੈਰਾ ਨਿਊਜ਼ੀਲੈਂਡ ਵਗੈਰਾ ਤੇ ਅਮਰੀਕਾ ਵਗੈਰਾ ਬਹੁਤ ਲੋਕ ਹਾਂ ਸਿਮੈਡੀਸਨ ਕੋਰੀਅਰ ਕਰਦੇ ਆ ਤੇ ਲੋਕ ਬੜੇ ਖੁਸ਼ ਨੇ ਸਾਡੀ ਮੈਡੀਸਨ ਖਾ ਕੇ ਆਯੁਰਵੈਦਿਕ ਦੇ ਵਿੱਚ ਆਯੁਰਵੈਦਿਕ ਦੇ ਵਿੱਚ ਬਹੁਤ ਵਧੀਆ ਮੈਡੀਸਨ ਪਈਆਂ ਨੇ ਜੇ ਕੋਈ ਬੰਦਾ ਭਰੋਸਾ ਕਰਕੇ ਨਾ ਚੀਜ਼ਾਂ ਨੂੰ ਵਰਤਦਾ ਅਜ ਲੋਕ ਐਲੋਪੈਥੀ ਤੋਂ ਵੀ ਆਯੁਰਵੈਦਿਕ ਵੱਲ ਮੁੜ ਰਹੇ ਨੇ ਉਹਦਾ ਕਾਰਨ ਇਹ ਹੈ ਵੀ ਆਯੁਰਵੈਦ ਬਹੁਤ ਪੁਰਾਣਾ ਹੈਗਾ ਔਰ ਬਹੁਤ ਪਰੋਸੇਵੰਦਤਾ نقصان ਵੀ ਕੋਈ ਨਹੀਂ ਸਾਡੇ ਕੋਲ ਬਹੁਤ ਵਧੀਆ ਵਿਧੀ ਦੇ ਨਾਲ ਅਸੀਂ ਮੈਡੀਸਿਨ ਤਿਆਰ ਕਰ ਕੀਤੀ ਹੋਈ ਹੈ ਜ ਜਿਹਦੇ ਰਿਜ਼ਲਟ ਵੀ 100% ਨੇ ਜੇ ਇਸ ਬਰੀਦ ਦੇ ਅੰਦਰ ਦਵਾਈ ਚਲੀ ਗਈ ਆ ਉਸ ਬੰਦੇ ਦੇ ਅੰਦਰ ਨਸ਼ਾ ਨਹੀਂ ਜਾਊਗਾ ਜਿਨੇ ਮਨ ਬਣਾ ਲਏ ਕਿ ਮੈਂ ਨਸ਼ਾ ਛੱਡਣਾ ਉਹਨੂੰ ਕੋਈ ਤੋੜ ਨਹੀਂ ਕੋਈ ਤਕਲੀਫ ਨਹੀਂ ਬਿਨਾ ਕਿਸੇ ਤੌਰ ਤੋਂ ਬਿਨਾ ਕਿਸੇ ਤਕਲੀਫ ਤੋਂ ਆਸਾਨੀ ਦੇ ਨਾਲ ਤੁਸੀਂ ਘਰ ਬੈਠ ਕੇ ਆਪਣਾ ਨਸ਼ਾ ਛੱਡ ਸਕਦੇ ਹੋ ਤਾਂ ਮੇਰਾ ਇੱਕ ਸਵਾਲ ਹੋਊਗਾ ਵੀ ਜਿਵੇਂ ਆਪਾਂ ਕੋਈ ਆਉਂਦਾ ਹੈ ਪੇਸ਼ੈਂਟ ਤੁਹਾਡੀ ਦਵਾਈ ਲੈਂਦਾ ਹੈ ਤੇ ਦਵਾਈ ਦੇ ਨਾਲ ਨਾਲ ਜੇ ਉਹ ਗਲਤੀ ਨਾਲ ਆਪਾਂ ਕਹਿਦੀ ਵੀ ਮਨ ਪਟਕ ਜਾਂਦਾ ਹੈ ਜਾਂ ਤੋੜ ਲੱਗਦੀ ਹੈ ਵੀ ਉਹ ਨਸ਼ੇ ਦਾ ਸੇਵਨ ਕਰੇ ਤਾਂ ਉਹ ਕਿਤੇ ਨਾ ਕਿਤੇ ਦਵਾਈ ਹਾਮ ਕਰੂਗੀ ਬੋਡੀ ਨੂੰ ਨਹੀਂ ਕੋਈ ਇਸ ਤਰ੍ਹਾਂ ਦਾ ਕੋਈ ਨੁਕਸਾਨ ਨਹੀਂ ਹੈਗਾ ਕਿਸੇ ਮੈਡੀਸਨ ਦਾ ਬਸ ਅਸੀਂ ਵੈਸੇ ਕਹਿੰਦੇ ਵੀ ਭਾਈ ਆਪਣਾ ਪਰਹੇਜ਼ ਰੱਖੋ ਉਸ ਚੀਜ਼ ਤੋਂ ਆਪਣੀ ਕੋਈ ਵੀ ਚੀਜ਼ ਤੁਸੀਂ ਨਹੀਂ ਲੈਣੀ ਪਰ ਜੇ ਕੋਈ ਵਿਚਰ ਨੂੰ ਮੂੰਹ ਮਾਰ ਲੈਂਦਾ ਉਧਰ ਉਧਰ ਜਾ ਕੇ ਤਾਂ ਕੋਈ ਏਡੀ ਵੱਡੀ ਗੱਲ ਨਹੀਂ ਹੈਗੀ ਦਵਾਈ ਕਲਾ ਰੈਗੂਲਰ ਰੱਖੇ ਆਪਣੀ ਬਿਲਕੁਲ ਨੂੰ ਉਸੇ ਤਰ੍ਹਾਂ ਦਵਾਈ ਕੰਮ ਕਰੇਗੀ ਜਿਵੇਂ ਕਰਦੀ ਸੀ ਅੱਛਾ ਸਰ ਇਹ ਕਿ ਚੀਜ਼ ਬਹੁਤ ਵੱਡੀ ਹੁੰਦੀ ਹੈ ਵੀ ਆਪਾਂ ਕਿਸੇ ਨੂੰ ਕਹਿੰਨੇ ਆ ਵੀ ਨਸ਼ਾ ਅਗਲੇ ਦਾ ਜਵਾਬ ਇਹ ਹੁੰਦਾ ਵੀ ਨਸ਼ਾ ਛੱਡਣਾ ਜ਼ਰੂਰ ਚਾਹਨਾ ਆ ਪਰ ਛੱਡਿਆ ਨਹੀਂ ਜਾ ਰਿਹਾ ਆ ਤੇ ਜੇ ਉਹ ਨਸ਼ਾ ਛੱਡਣਾ ਹੋਵੇ ਤਾਂ ਕੀ ਕੀ ਚੀਜ਼ਾਂ ਦਾ ਮੁੱਖ ਜਿਹੜੀਆਂ ਚੀਜ਼ਾਂ ਦਾ ਧਿਆਨ ਰੱਖਣਾ ਪਊਗਾ ਦੇਖੋ ਅਸਲ ਚ ਕੀ ਆ ਸਾਨੂੰ ਕਈ ਵਾਰੀ ਹੁਣ ਮੈਨੂੰ ਅੱਜ ਰਾਜਪੁਰੇ ਤੋਂ ਪੇਸ਼ੈਂਟ ਆ ਸੀ ਉਹ ਕਹਿੰਦੇ ਵੀ ਅਸੀਂ 5-6 ਜਗ੍ਹਾ ਤੋਂ ਮੈਡੀਸਨ ਖਾ ਚੁੱਕੇ ਆ ਭਰੋਸਾ ਕਿਵੇਂ ਕਰੀਏ ਤੇ ਮੈਂ ਕਿਹਾ ਭਾਈ ਹੁਣ ਵੀ ਭਰੋਸਾ ਤੇ ਤੁਹਾਨੂੰ ਕਰਨਾ ਹੀ ਪਏਗਾ 5 ਦਿਨ ਦੀ ਲੈ ਜਾਓ ਭਰੋਸਾ ਇਹ ਆ ਬਈ ਜੇ ਤੁਹਾਨੂੰ ਮੈਡੀਸਿਨ ਨਾ ਕੰਮ ਕਰੇ ਤੁਹਾਡੀ ਸਾਡੀ ਮੈਡੀਸਿਨ ਵਾਪਸ ਤੁਹਾਡੇ ਪੈਸੇ ਵਾਪਸ ਅੱਛਾ ਇਹ ਬਿਲਕੁਲ ਸ਼ੋਰਟੀ ਹੈ ਜੀ ਹਾਂ ਤੇ ਕੋਈ ਵੀ ਬੰਦਾ ਮੈਡੀਸਿਨ ਖਾਵੇ ਤੇ ਮੈਂ ਕਹਿੰਨਾ ਵੀ 101% ਉਸ ਬੰਦੇ ਨੂੰ ਰਿਜ਼ਲਟ ਮਿਲੇਗਾ ਔਰ ਬੰਦਾ ਕਹੇਗਾ ਵੀ ਹਾਂ ਮੈਂ ਦੋਈ ਖਾਧੀ ਆ ਮੇਰਾ ਫੇਸਬੁਕ ਚੈਨਲ ਆ ਸ਼ਾਮ ਸਿੰਘ ਕੁੰਡਲਸ ਦੇ ਨਾਲ ਦੇ ਨਾਲ ਔਰ ਡਾਕਟਰ ਕੁੰਡਲਸ YouTube ਚੈਨਲ ਮੈਂ ਬਣਾਇਆ ਹੋਣਾ ਖੈਰ ਜੇ ਚਲਾਇਆ ਨਹੀਂ ਬਹੁਤਾ ਨਾਈ ਮੈਲਟਸਾ ਮਿਲਦਾ ਬਹੁਤਾ ਉਹਦੇ ਤੇ ਜਾ ਕੇ ਤੁਸੀਂ ਦੇਖ ਸਕਦੇ ਹੋ ਜਿਹੜੇ ਲੋਕ ਨਸ਼ਾ ਛੱਡਦੇ ਮੈਂ ਉਹਨਾਂ ਦੀਆਂ ਗਾਹੇ ਵਗਾਏ ਵੀਡੀਓਜ਼ ਵਗੈਰਾ ਪਾਉਂਦਾ ਰਹਿਣਾ। ਹਮਮ। ਮਤਲਬ ਤੁਸੀਂ ਦੇਖੋ ਤੇ ਉਹਨਾਂ ਲੋਕਾਂ ਦੀਆਂ ਗੱਲਾਂ ਸੁਣੋ ਜਿਨ੍ਹਾਂ ਨੇ ਨਸ਼ਾ ਛੱਡਿਆ ਹੈ। ਹਮ ਪਰਸੋਂ ਮੈਨੂੰ ਯੂਐਸ ਤੋਂ ਫੋਨ ਆਇਆ ਸੁਖਵਿੰਦਰ ਸਿੰਘ ਦਾ। ਕਹਿੰਦੇ ਵੀ ਰਾਟਾ ਸਾਹਿਬ ਮੈਂ ਦਵਾਈ ਥੋੜੀ ਬਹੁਤ ਵਧੀਆ ਤਿੰਨ ਹਿੱਸੇ ਦਵਾਈ ਪਈ ਆ ਮੈਂ ਤੇ ਤੀਜਾ ਹਿੱਸਾ ਦਵਾਈ ਖਾਧੀ ਦਵਾਈ ਸੇ ਪਈ ਆ। ਵੀ ਦੋ ਬੰਦੇ ਮੈਂ ਹੋਰ ਠੀਕ ਕਰਨੇ ਇਹਦੇ ਨਾਲ ਕਰ ਸਕਦਾ। ਤੇ ਕਹਿੰਦਾ ਮੇਰੇ ਇੱਕ ਮਿੱਤਰ ਹੈ ਮੈਂ ਦੋ ਤਿੰਨ ਦਵਾਈ ਖਲਾਈ ਉਹਨੂੰ ਮੈਂ ਉਹ ਮੈਥੋਂ ਫੋਨ ਨੰਬਰ ਮੰਗਦਾ ਸੀ ਕਹਿੰਦਾ ਮੈਂ ਉਹਨੂੰ ਕਿਹਾ ਵੀ 500 ਡਾਲਰ ਲਵਾਂਗਾ ਫਿਰ ਉਹਦਾ ਨੰਬਰ ਮੈਂ ਤੁਹਾਨੂੰ ਦਊਗਾ ਮਤਲਬ ਮੇਰਾ ਨੰਬਰ ਦੇਣ ਦਾ ਵੀ ਬੰਦਾ 500 ਡਾਲਰ ਲੈ ਰਿਹਾ ਤੇ ਉਹਨੇ 500 ਡਾਲਰ ਦੀ ਮੇਰੇ ਕੋਲ ਦਵਾਈ ਮੰਗਵਾਈ ਆ ਆਪ ਠੀਕ ਹੋ ਗਿਆ ਪੇਸ਼ੈਂਟ ਉਹ ਮਤਲਬ ਤੁਸੀਂ ਇਹ ਚੀਜ਼ ਦੀ ਸ਼ਿਉਰਿਟੀ ਦਿਨੇ ਹੋ ਵੀ ਜੇ ਪੇਸ਼ੈਂਟ ਠੀਕ ਨਹੀਂ ਹੁੰਦਾ ਦਵਾਈ ਸਾਡੀ ਵਾਪਸ ਦੇ ਪੈਸੇ ਤੁਹਾਡੇ ਵਾਪਸ ਕਿਉਂਕਿ ਅੱਜ ਦੇ ਟਾਈਮ 'ਚ ਸਿਰ ਵਿਸ਼ਵਾਸ ਕਰਨਾ ਕਿਸੇ ਤੇ ਬਹੁਤ ਔਖਾ ਚਾਹੀਏ ਡਾਕਟਰ ਹੀ ਕਿਉਂ ਨਾ ਹੋਵੇ ਬਿਲਕੁਲ ਸਾਡੀ ਲਾਈਨ ਦੇ ਵਿੱਚ ਮੈਮ ਬਹੁਤ بڑا ਧੋਖਾ ਲੋਕਾਂ ਦਾ ਫਰਾਡ ਕਾ ਹੋ ਰਿਹਾ ਹੈ ਮੈਂ ਵੀ ਸੋਸ਼ਲ ਮੀਡੀਆ ਦਾ ਅਸਰ ਲੈ ਰਿਹਾ ਹਾਂ ਹੋਰ ਵੀ ਲੈਂਦੇ ਹੋਣਗੇ ਜਿਹੜੇ ਠੱਗ ਟਾਈਪ ਡਾਕਟਰ ਨੇ ਮੇਰੇ ਅਰਗੇ ਉਹ ਵੀ ਲੈਂਦੇ ਆ ਮੈਨੂੰ ਪਿੱਛੇ ਜੇ ਯੂਐਸਏ ਪਰਮੇਂਦਰ ਸਿੰਘ ਆ ਉਹ ਕਹਿੰਦਾ ਵੀ ਡਾਕਟਰ ਸਾਹਿਬ ਆ 4 ਲੱਖ ਰੁਪਏ ਦੀ ਮੈਡੀਸਨ ਖਾ ਚੁੱਕਿਆ ਕਹਿੰਦਾ ਮੈਨੂੰ ਮਤਲਬ ਨਸ਼ਾ ਛੱਡਣ ਦੀ ਤੇ ਕਹਿੰਦਾ 1 ਲੱਖ 40 ਹਜ਼ਾਰ ਦੀ ਮੈਡੀਸਨ ਮੈਂ ਹੁਣ ਵੀ ਮੰਗਵਾਈ ਆ ਕਹਿੰਦਾ ਪਰ ਕਹਿੰਦਾ ਮੈਨੂੰ ਉਹਨੇ ਬਿਲਕੁਲ ਵੀ ਰਾਮ ਨਹੀਂ ਤੁਹਾਡੀ ਮੈਡੀਸਨ ਕਹਿੰਦਾ ਇੰਨੀ ਵਧੀਆ ਹੈ ਕਹਿੰਦਾ ਡਾਕਟਰ ਸਾਹਿਬ ਵੀ ਮੈਨੂੰ ਨਾ ਕੋਈ ਤੋੜ ਲੱਗੀ ਆ ਨਾ ਮੈਨੂੰ ਤਕਲੀਫ ਹੋਈ ਆ ਨਾ ਟਾਇਲਟ ਲੱਗਿਆ ਨਾ ਟੱਟਿਆ ਉਹਦੀ ਵੌਇਸ ਰਿਕਾਰਡ ਮੈਸੇਜ ਪਏ ਨੇ ਔਰ ਉਹਨੇ ਅਗਲੇ ਮਹੀਨੇ ਆਣਾ ਮੇਰੇ ਕੋਲ ਮੈਨੂੰ ਕਹਿੰਦਾ ਮ ਕਚ ਸਰ ਦਰਸ਼ਕ ਦੇਖ ਰਹੇ ਹੋਣਗੇ ਮਨਾਂ ਦੇ ਵਿੱਚ ਕਈ ਸਵਾਲ ਹੋਣਗੇ ਵੀ ਜੇਕਰ ਤੁਹਾਡੀ ਦਵਾਈ ਅਸੀਂ ਲੈਣੇ ਆ ਤਾਂ ਉਹਦੇ ਨਾਲ ਕੀ ਸਾਨੂੰ ਸੈਂਟਰ ਇੱਥੇ ਤੁਹਾਡਾ ਕੋਈ ਜਾਂ ਸੈਂਟਰ ਦੇ ਵਿੱਚ ਭਰਤੀ ਹੋਣਾ ਪਊਗਾ ਜਾਂ ਸੈਂਟਰ ਦੇ ਵਿੱਚ ਸਾਨੂੰ ਰੱਖਣਾ ਤੁਸੀਂ ਐਡਮਿਟ ਕਰਨਾ ਉਹ ਚੀਜ਼ਾਂ ਨੇ ਜਿਹੜੀਆਂ ਤੁਸੀਂ ਮੁੱਖ ਨੇ ਪਲੀਜ਼ ਤੁਸੀਂ ਦਰਸ਼ਕ ਜਿਹੜੇ ਦੇਖ ਰਹੇ ਹੋਣਗੇ ਦੱਸ ਦੋ ਸਾਡੇ ਕੋਲ ਮੈਡਮ ਸੈਂਟਰ ਦੀ ਕੋਈ ਨਾ ਸੁਵਿਧਾ ਹੈਗੀ ਆ ਨਾ ਹੀ ਸੀ ਰੱਖਦੇ ਆ ਨਾ ਹੀ ਜ਼ਰੂਰਤ ਹੈ ਪੇਸ਼ੈਂਟ ਨੂੰ ਮਨ ਬਣਾ ਕੇ ਪੇਸ਼ੈਂਟ ਦਵਾਈ ਖਾ ਲੇ ਘਰ ਬੈਠ ਕੇ ਆਰਾਮ ਨਾਲ ਸਸਤਾ ਤੇ ਵਧੀਆ ਟਰੀਟਮੈਂਟ ਹੈ ਕਰਦਿਆਂ ਦੀ ਦੇਖ ਰਹਿਤ ਦੇ ਵਿੱਚ ਤੁਸੀਂ ਘਰ ਬੈਠ ਕੇ ਖੁਰਾਕ ਖਾਓ ਆਪਣੀ ਮੈਡੀਸਨ ਖਾਓ ਆਪਣੀ ਮੈਡੀਟੇਸ਼ਨ ਕਰੋ ਗੁਰਬਾਣੀ ਪੜ੍ਹੋ ਕੋਈ ਚੰਗਾ ਸਮਾਜ ਦਾ ਕੰਮ ਕਰੋ ਤਾਂ ਕਿ ਤੁਹਾਡਾ ਮਨ ਉਧਰ ਲੱਗੇ ਤੇ ਤੁਸੀਂ ਘਰ ਬੈਠ ਕੇ ਆਰਾਮ ਨਾਲ ਇਹਨੂੰ ਛੱਡਿਆ ਜਾ ਸਕਦਾ ਹੈ ਨਸ਼ੇ ਨੂੰ ਅੱਛਾ ਸਰ ਆਖਿਰਕਾਰ ਦੇ ਵਿੱਚ ਮੈਂ ਕਹੂੰਗੀ ਵੀ ਆਪਣਾ ਨੰਬਰ ਤੇ ਪ੍ਰੋਪਰ ਐਡਰੈਸ ਜ਼ਰੂਰ ਦੱਸ ਦਿਓ ਤਾਂ ਕਿ ਦਰਸ਼ਕ ਜਿਹੜੇ ਨੇ ਦੂਰ ਦਰੇਡੇ ਤੇ ਦੇਖ ਰਹੇ ਨੇ ਨਹੀਂ ਆ ਸਕਦੇ ਕੋਰੀਅਰ ਕਰਵਾ ਲੈਣ ਜਾਂ ਜਿਹੜੇ ਨੇੜੇ ਤੜੇ ਦੇ ਨੇ ਤੁਹਾਡੇ ਕੋਲ ਇੱਥੇ ਵਿਜ਼ਿਟ ਕਰ ਲੈਣ ਆਪਣਾ ਨੰਬਰ ਤੇ ਪ੍ਰੋਪਰ ਐਡਰੈਸ ਜਿਹੜਾ ਜ਼ਰੂਰ ਦੱਸ ਦਿਓ ਅ ਸਾਡੀ ਹੈਗੇ ਜੀ ਕੁੰਡਲਸ ਕਲੀਨਿਕ 메ਨ ਬਾਜ਼ਾਰ ਬੇਲਾ ਨੇੜੇ ਸ਼੍ਰੀ ਚਮਕੌਰ ਸਾਹਿਬ ਜ਼ਿਲ੍ਹਾ ਰੋਪੜ ਫੋਨ ਨੰਬਰ 94636 96764 94636 61760 ਦੋਨੋਂ ਤੇ ਵਟਸਐਪ ਵੀ ਚੱਲਦਾ ਹੈ ਤੇ ਕਿਰਪਾ ਕਰਕੇ ਦਰਸ਼ਕਾਂ ਨੂੰ ਵੀ ਬੇਨਤੀ ਹੈ ਕਿ ਫੋਨ ਤੇ ਲੰਬੀਆਂ ਪਿੰਗਾ ਨਾ ਪਾਇਓ ਤੇ ਵਾਈਸ ਮੈਸੇਜ ਤੁਸੀਂ ਕਰ ਸਕਦੇ ਹੋ ਤੁਹਾਨੂੰ ਮੈਂ ਜਵਾਬ ਜ਼ਰੂਰ ਦਵਾਂਗਾ ਬਹੁਤ ਬਹੁਤ ਧੰਨਵਾਦ ਤੁਸੀਂ ਆਪਣਾ ਕੀਮਤੀ ਸਮਾਂ ਦਿੱਤਾ ਤੇ ਜਿਹੜੀ ਜਾਣਕਾਰੀ ਦਿੱਤੀ ਹੈ ਦਰਸ਼ਕ ਦੇਖ ਰਹੇ ਹੋਣਗੇ ਅਜਿਹੇ ਘਰ ਹੋਣਗੇ ਵੀ ਮੈਂ ਨਸ਼ਾ ਛੱਡਣਾ ਚਾਹੁੰਨਾ ਪਰ ਛੱਡ ਨਹੀਂ ਹੋ ਰਿਹਾ ਅਜਹੀਆਂ ਮਾਮਾ ਐਜੀਆਂ ਬਿਲਕਦੀਆਂ ਹੋਣੀਆਂ ਜਾਂ ਬੱਚੇ ਅਜਿਹੇ ਬਿਲਕਦ ਦੇ ਹੋਣਗੇ ਕਿਉਂਕਿ ਘਰ ਦੇ ਵਿੱਚ ਨਸ਼ੇ ਦੇ ਨਾਲ ਆਪਾਂ ਕਹਿ ਦਈਏ ਤਾਂ ਕੁੱਟਮਾਰ ਕਰਨ ਲੱਗ ਜਾਂਦੇ ਨੇ ਤੇ ਜਿਵੇਂ ਕਹਾਂ ਨਸ਼ਾ ਛੱਡਣਾ ਚਾਹੁੰਨੇ ਹੋ ਆਯੁਰਵੈਦਿਕ ਤਰੀਕੇ ਦੇ ਨਾਲ ਡਾਕਟਰ ਸਾਹਿਬ ਕਹਿ ਰਹ ਜੇ ਦਵਾਈ ਅਸਰ ਨਹੀਂ ਪਾਉਗੀ ਤਾਂ ਤੁਹਾਡੀ ਦਵਾਈ ਜਿਹੜੀ ਆ ਸੀ ਪੈਸੇ ਜਿਹੜੇ ਆ ਤੁਹਾਨੂੰ ਵਾਪਸ ਦਵਾਂਗੇ ਜਿਹੜੇ ਆ ਸਕਦੇ ਨੇ ਵੀਰ ਉਹ ਜ਼ਰੂਰ ਇੱਥੇ ਜਿਹੜਾ ਬੇਲਾ ਕਲੀਨਿਕ ਜਿਹੜਾ ਡਾਕਟਰ ਕੁੰਡਲਸ ਕਲੀਨਿਕ ਹੈ ਬੇਲੇ ਸ਼ਹਿਰ ਦੇ ਵਿੱਚ ਪਿੰਡ ਜਿਹੜਾ ਆ ਚਮਕੌਰ ਸਾਹਿਬ ਦੇ ਨੇੜੇ ਪੈਂਦਾ ਹੈ ਉੱਥੇ ਆ ਕੇ ਤੁਸੀਂ ਵਿਜ਼ਿਟ ਕਰ ਲਓ ਬਾਕੀ ਜਿਹੜੀ ਡਿਟੇਲ ਹੈ ਤੁਸੀਂ ਵਟਸਐਪ ਤੇ نیچے ਜਿਹੜੇ ਨੰਬਰ ਨੇ ਉਹ ਚੱਲ ਰਹੇ ਨੇ ਉਹਨਾਂ ਨਾਲ ਕੰਟੈਕਟ ਕਰਕੇ ਤੁਸੀਂ ਗੱਲਬਾਤ ਜਿਹੜੀ ਆ ਕਰ ਸਕਦੇ ਹੋ ਜੁੜੇ ਰਹੋ ਬੋਲੀ ਹਲੀ ਬਾਬਾ ਦੇ ਨਾਲ ਮੈਨੂੰ ਹਿਮਨਪ੍ਰੀਤ ਕਰਨ ਦੀ ਇਜਾਜ਼ਤ ਧੰਨਵਾਦ